ਸ੍ਰੀ ਗੱਲ ਜੀ ਤੁਸੀਂ ਪ੍ਰਾਈਮ ਅਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਧ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਵਿਆਨੀ ਗਰਮੀ ਨੇ ਪੰਜਾਬ ਦੇ ਵਿੱਚ ਵਟ ਕੱਢੇ ਪਏ ਆ ਲੱਗੇ ਕੱਲ ਪੰਜਾਬ ਦੇ ਵਿੱਚ ਬੇਹੱਦ ਗਰਮੀ ਪਈ ਹੈ ਪੰਜਾਬ ਦੇ ਨਾਲ-ਨਾਲ ਯੂਪੀ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਮਧ ਪ੍ਰਦੇਸ਼ ਦੇ ਕੁਝ ਖੇਤਰਾਂ ਦੀ ਗੱਲ ਕਰੀਏ ਗਰਮੀ ਨੇ ਸਾਰੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਆ ਲੰਘੇ ਕੱਲ ਪੰਜਾਬ ਦੇ ਕਈ ਹਿੱਸਿਆਂ ਵਿੱਚ 43 ਤੋਂ ਲੈ ਕੇ 44 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਗਰਮੀ ਪੈ ਰਹੀ ਹੈ ਤੇ ਮੇਰਾ ਖਿਆਲ ਆ ਵੀ ਹਫ਼ਤਾ ਖੰਡ ਹੀ ਪੈਣਾ ਜਦੋਂ 45 ਨੂੰ ਪਾਰ ਪੰਜਾਬ ਦਾ ਤਾਪਮਾਨ ਹੋ ਜਾਣਾ ਕਈ ਥਾਵਾਂ ਦੇ ਉੱਤੇ ਤਾਂ ਰਾਜਸਥਾਨ ਦੇ ਵਿੱਚ 44 ਡਿਗਰੀ 45 ਡਿਗਰੀ ਤੱਕ ਤਾਪਮਾਨ ਪਹੁੰਚ ਵੀ ਚੁੱਕਿਆ ਯਾਨੀ ਕਿ ਹੁਣ ਇਸ ਵਕਤ ਜਿਵੇਂ ਬੰਦਾ ਖਿਲ ਭੁਜਦੀ ਆ ਉਸ ਤਰੀਕੇ ਦੇ ਨਾਲ ਹੋ ਰਿਹਾ ਤੇ ਜਿਸ ਤਰੀਕੇ ਨਾਲ ਇਕਦਮ ਗਰਮੀ ਦੇ ਵਿੱਚ ਵਾਧਾ ਹੋਇਆ ਉਹਦੇ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਆਮ ਨਾਲੋਂ ਵੱਧ ਖਿਆਲ ਰੱਖਣ ਦੀ ਜ਼ਰੂਰਤ ਹੈ ਸੋ ਗਰਮੀ ਨੇ ਲਗਾਤਾਰ ਹੋਰ ਵਧਣਾ ਉਹਨਾਂ ਲਈ ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਤੇ ਜਿਵੇਂ ਅਸੀਂ ਹਰ ਰੋਜ਼ ਇਹ ਗੱਲ ਕਹਿੰਦੇ ਹਾਂ ਕਿ ਕਿਰਤੀ ਲੋਕਾਂ ਨੂੰ ਇਸ ਗਰਮੀ ਦੇ ਵਿੱਚ ਵੀ ਕੰਮ ਕਰਨ ਵਾਲੇ ਲੋਕਾਂ ਨੂੰ ਲੱਖ ਵਾਰ ਸਲਾਮ ਕਰਨੀ ਬਣਦੀ ਹੈ ਤੇ ਅਗਲੀ ਗੱਲ ਇਹ ਹੈ ਕਿ ਮੀਂਹ ਕਣੀ ਝੱਖੜ ਝੁਲਾ ਹਨੇਰੀ ਕੁਛ ਵੀ ਆਉਂਦੇ 24 ਘੰਟਿਆਂ ਦੇ ਵਿੱਚ ਆਉਣ ਦੀ ਸੰਭਾਵਨਾ ਨਹੀਂ ਹੈ ਪੰਜਾਬ ਦੇ ਅੰਦਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਭਰਤੀਆਂ ਦੇ ਵਿੱਚ ਹੋਈ ਕਪਲੇਬਾਦੀ ਨਾਲ ਸੰਬੰਧਿਤ ਪੰਜਾਬ ਵਿਧਾਨ ਸਭਾ ਦੇ ਨਵੇਂ ਸਪੀਕਰ ਨੇ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਿਛਲੀ ਸਰਕਾਰ ਦੇ ਮੋਕੇ ਜਾਂ ਲੱਗੇ 5 ਵਰਿਆਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਭਰਤੀਆਂ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਗੜਬੜੀਆਂ ਦਾ ਸ਼ੱਕ ਹੈ ਜਿਹਦੇ ਕਰਕੇ ਅਸੀਂ ਪੜਤਾਲ ਕਰਾਵਾਂਗੇ ਇਹ ਵੀ ਗੱਲ ਪਤਾ ਲੱਗੀ ਆ ਕਿ ਹਰਜੋਤ ਸਿੰਘ ਬੈਂਸ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਚੁੱਕਿਆ ਸੀ ਪਰ ਇਸ ਖਬਰ ਦੇ ਵਿਸਥਾਰ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਨਸਨਾ ਬਣਦਾ ਕਿ ਪੰਜਾਬ ਦੇ ਵਿੱਚ ਨਸ਼ੇ ਅੱਜ ਵੀ ਕਿਵੇਂ ਵਿਕ ਰਹੇ ਆ ਭਾਵੇਂ ਸੂਬੇ ਦੀ ਸਰਕਾਰ ਜੋ ਮਰਜ਼ੀ ਕਵੇ ਭਾਵੇਂ ਪਿਛਲੀ ਸਰਕਾਰ ਜੋ ਮਰਜ਼ੀ ਕਹਿੰਦੀ ਰਵੇ ਵੀ ਭਾਈ ਅਸੀਂ ਆ ਕੀਤਾ ਸੀ ਸੀ ਨਸ਼ੇ ਮੁਕਾਦ ਤੇ ਅਸੀਂ ਖਤਮ ਕਰਦੇ ਸੀ ਲੱਕ ਤੋੜਤਾ ਸੀ ਆ ਕਰਤਾ ਉਹ ਕਰਤਾ ਹੋਇਆ ਕੱਖ ਵੀ ਨਹੀਂ ਲੰਘੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਜਿਹੜੀ ਕਿ ਅੰਮ੍ਰਿਤਸਰ ਦੇ ਨਾਮੀ ਕਾਲਜ ਦੀ ਬਹੁਤ ਵੱਡੇ ਕਾਲਜ ਦੀ ਪੜਨ ਵਾਲੀ ਕੁੜੀਆ ਉਸ ਵਿਦਿਆਰਥਣ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਥੇ ਨਾਰਕੋਟਿਕ ਸੈੱਲ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਕੁੜੀ ਨੂੰ ਇਹ ਕੁੜੀ ਕਈ ਮੁੰਡਿਆਂ ਦੇ ਨਾਲ ਗਰੁੱਪ ਬਣਾ ਕੇ ਗੈਂਗ ਬਣਾ ਕੇ ਤੇ ਸਰਹੱਦੀ ਖੇਤਰ ਦੇ ਲੋਕਾਂ ਦੇ ਵਿੱਚ ਚਿੱਟੇ ਦਾ ਕਾਰੋਬਾਰ ਕਰਦੀ ਸੀ ਤੇ ਵੱਡੀ ਮਾਤਰਾ ਦੇ ਵਿੱਚ ਚਿੱਟਾ ਵੀ ਇਸ ਕੁੜੀ ਕੋਲ ਬਰਾਮਦ ਕੀਤਾ ਗਿਆ ਤੇ ਇਸ ਕੁੜੀ ਦਾ ਪਿਛੋਕੜ ਕੋਟਕਪੂਰਾ ਨਾਲ ਸੰਬੰਧਤ ਹੈ ਜਾਨਕੀ ਹੁਣ ਕੁੜੀਆਂ ਨੇ ਜਿਹੜੀਆਂ ਉਹ ਵੀ ਮੁੰਡਿਆਂ ਦੇ ਵਾਂਗੂ ਜਿਹੜੀਆਂ ਪੜੀਆਂ ਲਿਖੀਆਂ ਸਚਿਆਰੀਆਂ ਕੁੜੀਆਂ ਜਿਨ੍ਹਾਂ ਦੇ ਉੱਤੇ ਅਸੀਂ ਆਸ ਕਰਦੇ ਹਾਂ ਉਹ ਵੀ ਇਸ ਵਕਤ ਕੁਝ ਇੱਕ ਨਸ਼ਿਆ ਦੀ ਦਲਦਲ ਦੇ ਵਿੱਚ ਦਸੀਆਂ ਹੋਈਆਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਵੇ ਧੀਆਂ ਭੈਣਾਂ ਵੀ ਨਾ ਇਹ ਕੰਮ ਕਰਨ ਤੇ ਸਾਡੇ ਪੰਜਾਬ ਦੇ ਚੋਬਰ ਵੀ ਨਾ ਇਹ ਕੰਮ ਕਰਨ ਮੁੰਡੇ ਵੀ ਨਾ ਕੰਮ ਕਰਨ ਪਰ ਇੱਕ ਹੋਰ ਖਬਰ ਆਈ ਹੈ ਜਿਹੜੀ ਕਿ ਵੀਡੀਓ ਦੇ ਰੂਪ ਦੇ ਵਿੱਚ ਹੈ ਬਠਿੰਡੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਫੜ ਕੇ ਕੁਟਾਪਾ ਚੜਿਆ ਗਿਆ ਵੀਡੀਓ ਦੀ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਉਹ ਚਿੱਟੇ ਦੀ ਸਪਲਾਈ ਕਰਨ ਆਇਆ ਸੀਗਾ ਪਿੰਡ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਇਸ ਇੱਕ ਪਿੰਡ ਦੇ ਵਿੱਚ ਇਹ ਮੁੰਡਾ ਪਹਿਲਾਂ ਵੀ ਸਪਲਾਈ ਕਰਨ ਆਉਂਦਾ ਸੀ ਪਰ ਲੋਕਾਂ ਦੇ ਵੱਲੋਂ ਫੜ ਕੇ ਦਾ ਕੁਟਾਪਾ ਚੜਿਆ ਗਿਆ ਬਾਅਦ ਦੇ ਵਿੱਚ ਇਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਇਹ ਮੁੰਡਾ ਕਹਿੰਦਾ ਜੀ ਮੇਰਾ ਕਸੂਰ ਕੀ ਆ ਪਿੰਡ ਦੇ ਲੋਕ ਆਲੇ ਦੁਆਲੇ ਖੜੇ ਲੋਕ ਦੱਸਦੇ ਆ ਵੀ ਕਿਵੇਂ ਇਹਨੇ ਪੰਜਾਬ ਦੇ ਬਾਕੀ ਕਈ ਤਸਕਰਾਂ ਨੇ ਵਾਂਗੂ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਵਾਂਗੂ ਸਾਡੇ ਖੇਤਰ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ ਯਾਨੀ ਕਿ ਪੰਜਾਬ ਦੇ ਵਿੱਚ ਨਸ਼ੇ ਦੀਆਂ ਦੋ ਧਾਰਨਾ ਇੱਕ ਕੁੜੀ ਅਮਰਸਰ ਦੇ ਵੱਲੋਂ ਇੱਕ ਮੁੰਡਾ ਜਿਹੜਾ ਉਹ ਬਠਿੰਡੇ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਅੱਜ ਵੀ ਵਿਕ ਰਿਹਾ ਤੇ ਸਰਕਾਰ ਜੋ ਮਰਜ਼ੀ ਕਹੀ ਜਾਵੇ ਹਕੀਕਤ ਇਹ ਆ ਜੋ ਕਿ ਸਾਹਮਣੇ ਆਈ ਹੈ ਜਿਹੜੀ ਪਹਿਲੀ ਵੱਡੀ ਖਬਰ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਉਹ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਭਰਤਾਂ ਹੋਈਆਂ ਉਹਦੀ ਗੜਬੜੀ ਨਾਲ ਸੰਬੰਧਿਤ ਹੈ ਪਤਾ ਤਾਂ ਇਹ ਵੀ ਲੱਗਾ ਕਿ ਕਹਿੰਦੇ ਕਹੋਂਦੇ ਜਿਹੜੇ ਪੰਜਾਬ ਦੇ ਨੇਤਾ ਉਹਨਾਂ ਨੇ ਆਪਣੇ ਸਕੇ ਸੰਬੰਧੀਆਂ ਦੂਰ ਲਿਆਂ ਨੂੰ ਨੇੜੇ ਲਿਆਂ ਨੂੰ ਇੱਥੇ ਇਸ ਤਰੀਕੇ ਨਾਲ ਫਿੱਟ ਕਰਵਾਇਆ ਬੀ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਕਿਹਾ ਜੀ ਕਿ ਅਸੀਂ ਪਿਛਲੇ 5 ਵਰਿਆਂ ਦੇ ਵਿੱਚ ਜਿੰਨੀਆਂ ਵੀ ਇੱਥੇ ਪਰਤਗਾਂ ਹੋਈਆਂ ਉਹਨਾਂ ਦੀ ਪੜਤਾਲ ਕਰਾਵਾਂਗੇ ਹੁਣ ਇਹਦੇ ਵਿੱਚੋਂ ਕੁਝ ਨਿਕਲ ਕੇ ਸਾਹਮਣੇ ਆਊਗਾ ਜਾਂ ਨਹੀਂ ਆਊਗਾ ਇਹ ਆਉਣ ਵਾਲਾ ਵਕਤ ਹੀ ਬਿਆਨ ਕਰੂਗਾ ਉਦਾਂ ਸਰਕਾਰੀ ਨੌਕਰੀਆਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕਿਵੇਂ-ਕਿਵੇਂ ਗੱਲਾਂ ਚੱਲਦੀਆਂ ਆਪਾਂ ਸਾਰੇ ਜਾਣਦੇ ਆ ਹਾਲਾਂਕਿ ਨੌਕਰੀ ਯੋਗਤਾ ਕਾਬਲੀਅਤ ਦੇ ਆਧਾਰ ਦੇ ਉੱਤੇ ਮਿਲਣੀ ਚਾਹੀਦੀ ਹੈ ਪਰ ਪੰਜਾਬ ਉਹ ਸੂਬਾ ਜਿੱਥੇ ਵਿਧਾਇਕ ਦਾ ਜੇਕਰ ਪੁੱਤੋਂ ਤੁਸੀਂ ਤਾਂ ਫਿਰ ਤੁਹਾਨੂੰ ਹੋ ਸਕਦਾ ਡੀਐਸਪੀ ਬਣਾ ਦਿੱਤਾ ਜਾਵੇ ਫੇਰ ਹੋ ਸਕਦਾ ਜੇਕਰ ਤੁਸੀਂ ਵਿਧਾਇਕ ਦੇ ਕੋ ਸਕੇ ਸੰਬੰਧੀ ਆ ਤਾਂ ਤੁਹਾਨੂੰ ਤਹਿਸੀਲਦਾਰ ਵੀ ਲਾੜਤਾ ਜਾਵੇ ਇੱਥੇ ਹੋ ਸਕਦਾ ਜੇਕਰ ਹੋਰ ਨਹੀਂ ਕੁਝ ਹੱਥ ਪੈਂਦਾ ਤਾਂ ਫਿਰ ਤੁਹਾਨੂੰ ਚੇਅਰਮੈਨ ਲਾੜਤਾ ਜਾਵੇ ਸੋ ਜਿੱਥੇ ਜਿੱਥੇ ਵੱਡੇ ਨੇਤਾਵਾਂ ਦਾ ਹੱਥ ਪੈਂਦਾ ਉਥੇ ਉਥੇ ਉਹਨਾਂ ਨੇ ਆਪਣੇ ਸਕੇ ਸੁਧਰਨ ਨੂੰ ਫਿੱਟ ਕਰ ਦਿੱਤਾ ਜਾ ਹੋ ਸਕਦਾ ਉਹ ਅੱਜ ਵੀ ਫਿੱਟ ਕਰਨ ਦੀ ਤਾਕਤ ਦੇ ਵਿੱਚ ਬੈਠੇ ਹੋਣ ਪਰ ਨਵੀਂ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜੇਕਰ ਸਹੀ ਤਰੀਕੇ ਨਾਲ ਪੜਤਾਲ ਕੀਤੀ ਗਈ ਤਾਂ ਇਹ ਇੱਕ ਚੰਗੀ ਗੱਲ ਹੋਊਗੀ ਕੱਲ ਇੱਕ ਚੰਗਾ ਕੰਮ ਹੋਇਆ ਉਹਦੀ ਸਿਫਤ ਵੀ ਕਰਨੀ ਬਣਦੀ ਹੈ ਪੰਜਾਬ ਦੇ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਉਹ ਗਏ ਸੀਗੇ ਚੰਡੀਗੜ੍ਹ ਦੇ ਵੱਲ ਉੱਥੇ ਉਹਨਾਂ ਨੇ 29 ਏਕੜ ਜ਼ਮੀਨ ਜਿਹੜੀ ਕਿ 2000 ਤੇ ਮੇਰੇ ਖਿਆਲ 17 ਤੋਂ ਕਬਜ਼ੇ ਦੇ ਅਧੀਨ ਆ ਕੈਪਟਨ ਵਿਕਰਮ ਸਿੰਘ ਨਾਂ ਦੇ ਬੰਦੇ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਸੀ ਉਹਨੂੰ ਆਪਣੀ ਹਾਜ਼ਰੀ ਦੇ ਵਿੱਚ ਕਬਜ਼ਾ ਮੁਕਤ ਕਰਵਾਇਆ ਕੁਲਦੀਪ ਸਿੰਘ ਢਾਲੀਵਾਲ ਟਰੈਕਟਰ ਨਾਲ ਲੈ ਕੇ ਗਏ ਪੁਲਿਸ ਅਮਲਾ ਫੈਲਾ ਸਾਰੇ ਦਸਤਾਵੇਜ਼ ਨਾਲ ਲੈ ਕੇ ਗਏ ਤੇ ਇਹ ਜ਼ਮੀਨ ਛੱਡੀ ਨਹੀਂ ਸੀ ਜਾ ਰਹੀ ਸੁਖ ਵਿਲਾਸ ਹੋਟਲ ਆ ਜਿਹੜਾ ਉਹਦੇ ਨੇੜੇ ਤੇ ਇਧਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਆ ਉਹਦੇ ਨੇੜੇ ਤੇੜੇ ਇਹ ਜ਼ਮੀਨ ਸੀ 29 ਏਕੜ ਜ਼ਮੀਨ ਦੇ ਉੱਤੋਂ ਕਬਜ਼ਾ ਛਡਾਇਆ ਸਰਕਾਰੀ ਜ਼ਮੀਨ ਲੰਮੇ ਸਮੇਂ ਤੋਂ ਇਹਦੇ ਉੱਤੇ ਕਬਜ਼ਾ ਕੀਤਾ ਹੋਇਆ ਸੋ ਪੰਜਾਬ ਦੇ ਪਿੰਡਾਂ ਦੇ ਵਿੱਚ ਵਕਫ ਵਕਫਾਵਾਂ ਦੇ ਵਿੱਚ ਉਹਨਾਂ ਲੋਕਾਂ ਦੀ ਕਮੀ ਨਹੀਂ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ ਸਾਰੇ ਲੋਕਾਂ ਦੇ ਕੋਲੋਂ ਕਬਜ਼ੇ ਛਡਵਾਉਣੇ ਚਾਹੀਦੇ ਆ ਕਿਸੇ ਨੇ ਕੋਈ ਡਰਾਮਾ ਜਾਂ ਕੀਤਾ ਕਿਸੇ ਨੇ ਕੋਈ ਕੀਤਾ ਜਿਹੜੇ ਲੋਕ ਜਿਹੜੀਆਂ ਪੰਚਾਇਤਾਂ ਸਹੀ ਤਰੀਕੇ ਨਾਲ ਪੰਚਾਇਤੀ ਜ਼ਮੀਨ ਦੀ ਵਰਤੋਂ ਕਰਦੇ ਆ ਉਹਨਾਂ ਦਾ ਅਸੀਂ ਸਲਾਮ ਕਰਦੇ ਧੰਨਵਾਦ ਕਰਦੇ ਆ ਪਰ ਕਈ ਲੋਕਾਂ ਨੇ ਜਿਸ ਤਰੀਕੇ ਦੇ ਕੰਮ ਕੀਤੇ ਆ ਉਹ ਵੀ ਸਭ ਦੇ ਸਾਹਮਣੇ ਆ ਉਹ ਸਾਰਾ ਕੁਝ ਛਡਵਾਉਣਾ ਚਾਹੀਦਾ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਕਿਹੜੀ ਕਿਹੜੀ ਗੱਲ ਕਹੀ ਹੈ ਹੀਰਾ ਫੀਰੀਆਂ ਕਰਨ ਵਾਲਿਆਂ ਨੂੰ ਕਿਵੇਂ ਗਿੱਚੀਆਂ ਫੜਨਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਭਰਤੀ ਕੁਟਾਲੇ ਦੀ ਪੜਤਾਲ ਹੋਵੇਗੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ ਕਾਂਗਰਸ ਸਰਕਾਰ ਵੇਲੇ ਮੈਂਸ ਵੱਲੋਂ ਦਸਤਾਵੇਜ਼ਾਂ ਦੀ ਮਦਦ ਦੇ ਨਾਲ ਇਸ ਦਾ ਪਰਦਾ ਫਾਸ਼ ਕੀਤਾ ਗਿਆ ਸੀ। ਇਹਦੇ ਵਿੱਚ ਦੱਸਿਆ ਗਿਆ ਸੀ ਕਿ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸਗਾਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਭਰਤੀ ਕੀਤਾ ਗਿਆ। ਹੁਣ ਸਪੀਕਰ ਵੱਲੋਂ ਪਿਛਲੇ 5 ਸਾਲ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾ ਰਹੀ ਹੈ। ਹਰਜੋਤ ਸਿੰਘ ਮੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ ਨੂੰ ਨੌਕਰ ਗੰਦਕਾ ਗੰਗਾ ਨੇ ਉਹਨਾਂ ਵਿੱਚੋਂ ਸੁਧਾਰਥ ਠਾਕੁਰ ਸਪੀਕਰ ਦੇ ਦੋਸਤ ਦਾ ਪੁੱਤਰ ਹੈ। ਮਨਜਿੰਦਰ ਵਿਧਾਇਕ ਸਰਜੀਤ ਧਮਾਨ ਦਾ ਭਤੀਜਾ ਹੈ। ਗੌਰਵ ਠਾਕਰ ਸਪੀਕਰ ਦੇ ਰਿਸ਼ਤੇਦਾਰ ਦਾ ਪੁੱਤ ਹੈ ਪ੍ਰਵੀਨ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦਾ ਭਤੀਜਾ ਹੈ ਰੋਪੜ ਦੇ ਰਹਿਣ ਵਾਲੇ ਗੌਰਵ ਰਾਣਾ ਤੇ ਸੌਰਵ ਰਾਣਾ ਯਾਨੀ ਕਿ ਇੱਕੋ ਘਰ ਦੇ ਦੋ ਭਰਾਵਾਂ ਨੂੰ ਨੌਕਰੀ ਦਿੱਤੀ ਗਈ ਹੈ ਮਾਰਕੀਟ ਕਮੇਟੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ لال ਦੇ ਪੁੱਤਰ ਨੂੰ ਵੀ ਨੌਕਰੀ ਦਿੱਤੀ ਗਈ ਹੈ ਜੋ ਡੀਸੀ ਦਫਤਰ ਰੋਪੜ ਦੇ ਵਿੱਚ ਕੰਮ ਕਰਦਾ ਹੈ ਮਠੰਡਾ ਦਾ ਅਜੇ ਕੁਮਾਰ ਮਨਪ੍ਰੀਤ ਬਾਦਲ ਦੇ ਕਰੀਬੀ ਦਾ ਪੁੱਤਰ ਹੈ ਤੇ ਉਹਨਾਂ ਨਾਲ ਕੰਮ ਕਰਦਾ ਹੈ ਅਵਤਾਰ ਸਿੰਘ ਸਾਬਕਾ ਕਾਂਗਰਸੀ ਸੰਸਦ ਮੈਂਬਰ ਪਵਨ ਬਾਂਸਲ ਦੇ ਡਰਾਈਵਰ ਦਾ ਪੁੱਤ ਹੈ ਕੁਲਦੀਪ ਮਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਟਾਫ ਮੈਂਬਰ ਦਾ ਪੁੱਤ ਹੈ ਪ੍ਰਬੋਧ ਕੁਮਾਰ ਪੀਆਰਟੀਸੀ ਡਾਇਰੈਕਟਰ ਦਾ ਪੁੱਤ ਹੈ ਅੰਜੂ ਬਾਲਾ ਸਪੀਕਰ ਨੇ ਸਖਤਰ ਢੀ ਪਰਜਾਈ ਹੈ ਇਸ ਤੋਂ ਇਲਾਵਾ ਮਲੋਟ ਦੇ ਹਰ ਸਿਮਰਨਜੀਤ ਨੂੰ ਮਨਪ੍ਰੀਤ ਬਾਦਲ ਦੀ ਸਿਫਾਰਿਸ਼ ਤੇ ਲਾਇਆ ਗਿਆ ਸੀ ਸੁਮਨਪ੍ਰੀਤ ਕੌਰ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਦੀ ਭਤੀਜੀ ਹੈ ਲੁਝਾਣਾ ਦੇ ਸਰਾਂਭਾ ਨਗਰ ਦੀ ਗੁਰਪ੍ਰੀਤ ਕੌਰ ਸੰਸਦ ਮੈਂਬਰ ਮਨੀਸ਼ ਤਵਾੜੀ ਦਾ ਡਰਾਈਵਰ ਦੀ ਬੇਟੀ ਹੈ ਚੰਡੀਗੜ੍ਹ ਦਾ ਹਰਨਾਮ ਸਿੰਘ ਮਨਪ੍ਰੀਤ ਬਾਦਲ ਦੇ ਓਐਸਟੀ ਦਾ ਪੁੱਤਰ ਹੈ ਹਰਜੋਤ ਬੈਂਸ ਨੇ ਦਾਵਾ ਕੀਤਾ ਕਿ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਜਸਬੀਰ ਸਭਾ ਵਿਧਾਨ ਸਭਾ ਦੇ ਵਿੱਚ ਕਲਰਕ ਦੀ ਨੌਕਰੀ ਦਿੱਤੀ ਗਈ ਸੀ ਇਸ ਦੀ ਸਿਫਾਰਸ਼ ਵੀ ਕੀਤੀ ਗਈ ਸੀ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਬਲਾਸਪੁਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੂੰ ਲਾ ਅਫਸਰ ਬਣਾਇਆ ਗਿਆ ਇਸ ਸਾਰੇ ਮਾਮਲੇ ਦੀ ਹੁਣ ਪੜਤਾਲ ਕਰਾਉਣ ਦੀ ਗੱਲ ਕਹੀ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਵੇਂ ਕਿ ਦੋਸ਼ ਲੱਗੇ ਆ ਤੇ ਜਿਵੇਂ ਕਿ ਖਬਰ ਮੁੱਢਲੀ ਸਾਹਮਣੇ ਆਈ ਹੈ ਜੇਕਰ ਇਹ ਸਾਰਾ ਕੁਝ ਇਵੇਂ ਆ ਹਾਲਾ ਕਿ ਅਸੀਂ ਨਹੀਂ ਕਹਿੰਦੇ ਵੀ ਭਾਈ ਇਹ ਗੱਲ ਸਹੀ ਹੈ ਇਹ ਦੋਸ਼ਾਂ ਦੀ ਗੱਲ ਹੈ ਦੋਸ਼ਾਂ ਨੇ ਸਾਬਤ ਹੋਣਾ ਜਾਂ ਨਹੀਂ ਹੋਣਾ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਜਿਵੇਂ ਕਿ ਦੋਸ਼ ਲੱਗੇ ਆ ਵੀ ਇਹ ਵੱਖ-ਵੱਖ ਮੰਤਰੀਆਂ ਵੱਖ-ਵੱਖ ਸੰਤਰੀਆਂ ਵੱਖ-ਵੱਖ ਕਾਂਗਰਸੀ ਨੇਤਾਵਾਂ ਦੇ ਸਕੇ ਸੋਧਰਿਆਂ ਨੂੰ ਫਿੱਟ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਪੋਲਿਸ ਗੰਦੇ ਵਿੱਚ ਬਦਲਾਅ ਕੀਤਾ ਗਿਆ ਜਾਂ ਆਪੋ ਆਪਣੇ ਚਿਹਤੇ ਫਿੱਟ ਕੀਤੇ ਗਏ ਆ ਇਸ ਮਾਮਲੇ ਦੀ ਤੇ ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜੇਕਰ ਇਹ ਸ਼ੱਕ ਪ੍ਰਤੀਤ ਹੁੰਦਾ ਵੀ ਭਾਈ ਉਸ ਥਾਂ ਦੇ ਉੱਤੇ ਵੀ ਜਾਂ ਉਸ ਥਾਂ ਦੇ ਉੱਤੇ ਵੀ ਜਿਹੜੇ ਕਾਬਲ ਸੀ ਉਹ ਪਰੇ ਕੀਤੇ ਗਏ ਨੇੜਲੇ ਲਾਰਤੇ ਗਏ ਆ ਇਹਦੀ ਪੜਤਾਲ ਹੋਣੀ ਚਾਹੀਦੀ ਆ ਹੁਣ ਜੇ ਪੜਤਾਲ ਦੇ ਵਿੱਚੋਂ ਸਚਾਈ ਸਾਹਮਣੇ ਆਉਂਦੀ ਜਿਵੇਂ ਕਿ ਕਿਹਾ ਗਿਆ ਇਹ ਸਾਰਾ ਕੁਝ ਸੱਚ ਨਿਕਲਦਾ ਤਾਂ ਬਹੁਤ ਮਾੜੀ ਗੱਲ ਹੈ ਪਿਛਲੀ ਸਰਕਾਰ ਤਾਂ ਘਰ-ਘਰ ਨੌਕਰੀ ਦੇਣ ਦੀ ਗੱਲ ਕਰਨੀ ਸੀ ਪਰ ਫਿਰ ਸਾਡੀ ਧਾਰਨਾ ਹੋਰ ਪੱਕੀ ਹੋ ਜੂਗੀ ਵੀ ਉਹ ਕਹਿੰਦੇ ਸੀ ਜੀ ਕਿ ਅਸੀਂ ਆਪਣਿਆਂ ਨੂੰ ਘਰ-ਘਰ ਦੇ ਆਪਣਿਆਂ ਨੂੰ ਨੌਕਰੀ ਦੇਵਾਂਗੇ ਅਸੀਂ ਸੋਚਦੇ ਰਹੇ ਕਿ ਆਮ ਲੋਕਾਂ ਦੇ ਘਰ-ਘਰ ਦੇ ਵਿੱਚੋਂ ਨੌਕਰੀ ਮਿਲੂਗੀ ਪਰ ਉਹਨਾਂ ਨੇ ਆਪਣਿਆਂ ਦੇ ਘਰਦਿਆਂ ਮੈਂਬਰਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ ਸੋ ਵਕਤ ਦੱਸੂਗਾ ਕੀ ਬਣਦਾ ਪਰ ਜੇਕਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਸਿਫਾਰਸ਼ੀ ਬੰਦੇ ਲੱਗ ਜਾਣ ਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਨਿਯੁਕਤਾਂ ਦੇ ਵਿੱਚ ਸੱਚੀ ਮੁੱਚੀ ਗੜਬੜੀ ਨਿਕਲੀ ਤਾ ਫਿਰ ਭਰੋਸਾ ਰਹਿਉ ਕਿੱਥੇ ਫਿਰ ਤਾਂ ਐਂ ਲੱਗੂ ਵੀ ਚਾਰੇ ਪਾਸੇ ਹਨੇਰ ਕਰਦੀ ਐ ਫਿਰ ਐਂ ਲੱਗੂਗਾ ਵੀ ਭਾਈ ਇਦਾਂ ਦਾ ਕੰਮ ਤਾਂ ਜਿਹੜਾ ਹੋਇਆ ਇਹਦੇ ਨਾਲੋਂ ਤਾਂ ਕਭ ਨਾ ਹੁੰਦਾ ਫਿਰ ਐਂ ਲਗਣਾ ਸੋ ਆਉਣ ਵਾਲਾ ਵਕਤ ਦੱਸੂਗਾ ਵੀ ਇਸ ਮਾਮਲੇ ਦੇ ਵਿੱਚ ਸੱਚਾਈ ਕਿੰਨੀ ਕਾ ਪਰ ਪੁਲਤਾਰ ਸਿੰਘ ਸੰਧਵਾ ਹੋਰਾਂ ਨੇ ਇਹ ਗੱਲ ਕਹੀ ਐ ਕਿ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਉਧਰ ਹਰਜੋਤ ਸਿੰਘ ਬੈਂਸ ਦੇ ਵੱਲੋਂ ਜਿਹੜਾ ਇਹ ਖੁਲਾਸਾ ਕੀਤਾ ਗਿਆ ਸੀ ਜਿਹੜੇ ਦੋਸ਼ ਲਾਏ ਗਏ ਸੀ ਕਿ ਫਲਾਣੇ 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 ਦੇ ਨੇੜਲੇ ਆ ਇਹਦੀ ਹੁਣ ਜਦੋਂ ਪੜਤਾਲ ਸਾਹਮਣੇ ਆਊਗੀ ਤਾਂ ਸੱਚਾਈ ਖੁੱਲ ਕੇ ਸਾਹਮਣੇ ਆਊਗੀ ਬਿੱਲੀ ਆਉਂਦੇ ਸਬੰਧ ਦੇ ਵਿੱਚ ਕੁਝ ਵੀ ਨਵਾਂ ਹੋ ਸਕਦਾ ਹੈ ਤੇ ਅਗਲੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਾ ਵੀ ਪਾ ਰਹੇ ਅਤੇ ਘੇਰਾ ਪਾਉਣ ਵਾਲੀਆਂ ਕਈ ਗੱਲਾਂ ਵੀ ਹੈਗੀਆਂ ਦੇ ਵਿੱਚ ਕੋਈ ਦੋਰਾਇ ਨਹੀਂ ਪਰ ਲੰਘੇ ਕੱਲ ਇੱਕ ਮਾਈਨਿੰਗ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਇੱਕ ਨੂੰ ਸਸਪੈਂਡ ਕੀਤਾ ਗਿਆ ਸੀ ਲੋਕਾਂ ਦੀ ਮੰਗ ਇਹ ਹੈ ਕਿ ਜਿਹੜੇ ਭ੍ਰਿਸ਼ਟਾਚਾਰ ਨਾਲ ਜੁੜੇ ਹੋਏ ਅਧਿਕਾਰੀ ਕਰਮਚਾਰੀ ਹੈ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਸ਼ ਨਾ ਜਾਣ ਲੋਕ ਇਹ ਗੱਲ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੇ ਆਪਣੇ ਸਵਾਰਥ ਦੀ ਖਾਤਰ ਪੰਜਾਬ ਦਾ ਪੱਠਾ ਬਟਾ ਕੇ ਰੱਖਤਾ ਕਾਬਲ ਲੋਕਾਂ ਦੀਆਂ ਬਿਲਕੁਲ ਜੜਾਂ ਦੇ ਵਿੱਚ ਤੀਲ ਚੋਕੇ ਰੱਖਤਾ ਸੋ ਇਹਨਾਂ ਦੇ ਨਾਲ ਸਖਤੀ ਨਾਲ ਜਿੱਟਣਾ ਚਾਹੀਦਾ ਸਮਾਂ ਬਿਆਨ ਕਰੂਗਾ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਤਰੱਕੀ ਕਿੰਨੀ ਕਰਦਾ ਹੈ ਭਗਵੰਤ ਮਾਨ ਤੋਂ ਆਸਾਂ ਬਹੁਤ ਹੈ ਪਰ ਕਦੇ-ਕਦੇ ਇੰ样 ਲੱਗਦਾ ਵੀ ਆਸਾਂ ਟਟਕ ਜਾਣੀਆਂ ਉਹ ਤਾਂ ਕਰਕੇ ਲੱਗਦਾ ਵੀ ਪੰਜਾਬ ਦੇ ਸਿਰ ਕਰਜ਼ਾ ਬਹੁਤ ਹੈ ਤੇ ਐਲਾਨ ਵੱਡੇ ਹੋ ਰਹੇ ਆ ਤੇ ਪੈਸੇ ਕਿਥੋਂ ਆਣਗੇ ਲੰਘੇ ਕੱਲ ਭਗਵੰਤ ਮਾਨ ਦੀ ਸਰਕਾਰ ਦੇ ਕੰਮ ਕਰਨ ਦੇ ਢੰਗ ਦੇ ਉੱਤੇ ਸਵਾਲ ਖੜੇ ਹੋਏ ਆ ਇੱਕ ਮੌਕਾ ਆਪ ਨੂੰ ਨਾ ਬੱਤੀ ਦੇਣੇ ਤੇ ਨਾ ਬੱਤੀ ਰਾਤ ਨੂੰ ਇੱਕ ਨਵਾਂ ਨਾਰਾ ਪੰਜਾਬ ਦੇ ਵਿੱਚ ਬਣ ਗਿਆ ਜਾਨਕਿ ਇੱਕ ਮੌਕਾ ਆਪ ਨੂੰ ਦਿੱਤਾ ਤੇ ਹੁਣ ਲੋਕ ਬਿਜਲੀ ਦੇ ਕੱਟਾਂ ਨੇ ਕਰਕੇ ਵਿਰ-ਵਿਰ ਕਰਦੇ ਆ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਪਿਛਲੀਆਂ ਸਰਕਾਰਾਂ ਨੇ ਮੌਕੇ ਵੀ ਲੱਗਦੇ ਰਹੇ ਆ ਪਰ ਐਤਕੀ ਬੇहद ਵਧ ਗਏ ਆ ਪੰਜਾਬ ਦੇ ਵਿੱਚ ਕੋਲੇ ਦੀ ਘਾਟ ਆ ਇਹ ਵੀ ਗੱਲ ਸੱਚੀ ਆ ਹੁਣ ਕਹਿਣ ਨੂੰ ਤਾਂ ਆਪਾਂ ਫੁੱਟਬਾਲ ਵਾਂਗੂ ਇਧਰੋਂ ਕਿੱਕ ਮਾਰੀ ਇਧਰ ਗੱਲ ਜਾਓ ਇਧਰੋਂ ਕਿੱਕ ਮਾਰੀ ਇਧਰ ਗੱਲ ਜਾਓ ਪੰਜਾਬ ਦੀ ਸਰਕਾਰ ਕਹਿੰਦੀ ਕੇਂਦਰ ਦੇ ਵੱਲੋਂ ਪ੍ਰੋਪਰ ਕੋਲਾ ਨਹੀਂ ਦਿੱਤਾ ਜਾ ਰਿਹਾ ਕੇਂਦਰ ਦੀ ਸਰਕਾਰ ਕਹਿੰਦੀ ਅਸੀਂ ਕੋਸ਼ਿਸ਼ ਕੋਈ ਨਹੀਂ ਛੱਡੀ ਪੰਜਾਬ ਦੇ ਕਈ ਥਰਮਲ ਪਲਾਂਟ ਬੰਦ ਹੋਏ ਪਏ ਆ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਇੱਕਦਮ ਵਧ ਗਈ ਹੈ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਹੋਰ ਵਧਣੀ ਹੈ ਜਦੋਂ ਕਿਸਾਨ ਨੇ ਝੋਨਾ ਲਾਉਣਾ ਤੇ ਪੰਜਾਬ ਦੇ ਵਿੱਚ ਜੇਕਰ ਅੱਜ ਕਟਾਂ ਦੀ ਪਰਮਾਰ ਹੈ ਕਈ ਪਿੰਡਾਂ ਦੇ ਵਿੱਚ 3-3 4-4 ਘੰਟੇ ਬਿਜਲੀ ਆਉਂਦੀ ਹੈ ਹਾਲਾਂਕਿ ਸ਼ਹਿਰੀ ਖੇਤਰ ਦੇ ਵਿੱਚ ਭਾਵੇਂ ਠੀਕ ਹੋਵੇ ਜਾਂ ਇਨਵਰਟਰ ਲੱਗੇ ਹੁੰਦੇ ਜਾਂ ਜਨਰੇਟਰ ਲੱਗੇ ਹੁੰਦੇ ਪਤਾ ਨਹੀਂ ਲੱਗਦਾ ਪਰ ਪੇਂਡੂ ਖੇਤਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਿਜਲੀ ਦੇ ਮਾਮਲੇ 'ਚ ਬੁਰਾ ਹਾਲ ਹੈ ਲੋਕ ਤਰਾ ਤਰਾ ਕਰਦੇ ਆ ਉਧਰੋਂ ਤਾਂ ਸੂਰਜ ਦੀ ਟਿੱਕੀ ਨੇ ਅਗਵਰਾਈ ਐ ਇਧਰੋਂ ਬਿਜਲੀ ਦੇ ਕੱਟਾ ਨੇ ਧੂਆਂ ਕੱਢ ਕੇ ਰਖ ਦਿੱਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ ਪੰਜਾਬ ਦਾ ਇਹ ਵਕਤ ਲਸੂਗਾ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੱਲ ਫੇਰ ਇੱਕ ਵਾਰੀ ਮੋਰਚਾ ਖੋਲ੍ਹਿਆ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਹੈ ਕਿੱਥੇ ਭਗਵੰਤ ਮਾਨ ਭਗਵੰਤ ਮਾਨ ਨੇ ਕੀਤਾ ਕੀ ਹੁਣ ਤੱਕ ਭਗਵੰਤ ਮਾਨ ਕਹਿੰਦਾ ਸੀ ਮੈਂ ਹਰਾ ਪੈਨ ਚਲਾਉ ਤੇ ਕਮਾਲਾ ਕਰ ਦੂ ਚਲਾਵੇ ਹਰਾ ਪੈਨ ਕਰੇ ਬਿਜਲੀ ਸਮਝੌਤੇ ਰੱਦ ਸੋ ਇਸ ਮਾਮਲੇ ਦੇ ਉੱਤੇ ਲੋਕ ਆ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਕਿੰਤੂ ਕਰ ਰਹੇ ਆ ਕਿ ਜੇਕਰ 5 ਸਾਲ ਥੋੜੀ ਸਰਕਾਰ ਨੇ ਚੱਜ ਦੇ ਕੰਮ ਕੀਤੇ ਹੁੰਦੇ ਨਵੀਂ ਸਰਕਾਰ ਲਿਆਉਣ ਦੀ ਲੋੜ ਹੀ ਨਾ ਪੈਂਦੀ ਜਦੋਂ ਹੁਣ ਆ ਕਾੜੀਦਨ ਦੇ ਕਈ ਨੇਤਾ ਬੋਲਦੇ ਵੀ ਭਗਵੰਤ ਮਾਨ ਨੇ ਕੁਛ ਨਹੀਂ ਕੀਤਾ ਦੋ ਮਹੀਨੇ ਦੇ ਵਿੱਚ ਉਦੋਂ ਲੋਕਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਵੀ ਜੇਕਰ ਤੁਸੀਂ 10 ਸਾਲ ਕਮਾਲਾਂ ਕੀਤੀਆਂ ਹੁੰਦੀਆਂ ਹੁੰਦੀਆਂ ਅੱਜ ਨੂੰ ਆ ਦੇਣ ਆਉਣੇ ਨਹੀਂ ਸੀ ਸੋ ਅੱਜ ਬੀਬੀ ਹਰਸਿਮਰਤ कौर ਬਾਦਲ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਮਾਮਲੇ 'ਚ ਸਰਪਲਸ ਬਣਾਇਆ ਸੀ ਭਗਵਾਨਤਮਾਨ ਦੀ ਸਰਕਾਰ ਨੇ ਕਟਾਂ ਦੇ ਮਾਮਲੇ 'ਚ ਸਰਪਲਸ ਬਣਾ ਦਿੱਤਾ ਹੈ। ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਠਪੜੀ। ਬਿਜਲੀ ਕਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨੇ ਆ। ਉਹਨਾਂ ਨੇ ਕਿਹਾ ਕਿ ਏਕ ਮੌਕਾ ਆਪਕੋ ਨਾ ਬਿਜਲੀ ਦਿਨ 'ਚ ਮੇ ਨਾ ਹੀ ਰਾਤ 'ਕੋ। ਉਹਨਾਂ ਨੇ ਅੱਗੇ ਲਿਖਿਆ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਿਜਲੀ ਕੱਟ ਨੇ ਕਿਸਾਨਾਂ ਲਈ 2 ਘੰਟੇ ਤੋਂ ਵੀ ਘੱਟ ਬਿਜਲੀ ਆ। ਪੀਐਸਪੀਸੀਐਲ ਦੇ ਵੱਲੋਂ ਆਪਣੇ ਕਰਮਚਾਰੀਆਂ ਦੇ ਲਈ ਤਾਜ਼ਾ ਸਰਕੂਲਰ ਹੈ। ਇਹ ਇੰਨੀ ਬੁਰੀ ਹਾਲਤ ਨਹੀਂ ਜਿੰਨੀ ਦਿਸ ਇਹ ਬੇहद ਬੁਰੀ ਹੈ ਬੀਜੇਪੀ ਨੇ ਵੀ ਭਗਵੰਤ ਮਾਨ ਨੂੰ ਘੇਰਾ ਪਾਇਆ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਸਤੀ ਤਾਂ ਛੱਡੋ ਪੰਜਾਬ ਦੇ ਲੋਕਾਂ ਨੂੰ ਬਿਜਲੀ ਮਿਲ ਹੀ ਨਹੀਂ ਰਹੀ ਉਹਨਾਂ ਨੇ ਕਿਹਾ ਕਿ 300 ਯੂਨਟ ਬਿਜਲੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਪਹਿਲਾਂ 300 ਯੂਨਟ ਬਿਜਲੀ ਦਾ ਐਲਾਨ ਕੀਤਾ ਗਿਆ ਤੇ ਹੁਣ ਇਹਦੇ ਉੱਤੇ ਸ਼ਰਤਾਂ ਲਗਾਈਆਂ ਜਾ ਰਹੀਆਂ ਨੇ ਉਧਰ ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਕਿਸਾਨ ਬਿਜਲੀ ਕਟਾਂ ਖਿਲਾਫ ਬਿਜਲੀ ਮੰਤਰੀ ਹਰਪਜਨ ਸਿੰਘ ਦੀ ਰਿਹائش ਦਾ ਘਰਾਓ ਕਰਨਗੇ ਕਿਸਾਨਾਂ ਨੇ ਐਲਾਨ ਕੀਤਾ ਕਿ ਬਿਜਲੀ ਮੰਤਰੀ ਦੀ ਰਿਹائش ਦੇ ਬਾ ਰੋਸ ਮਜ਼ਦਾਰਾ ਹੋਵੇਗਾ ਦੱਸਣਾ ਬਣਦਾ ਕਿ ਬਿਜਲੀ ਦੇ ਲੱਗ ਰਹੇ ਵੱਡੇ ਵੱਡੇ ਕਟਾਂ ਬਾਬਤ ਸਰਕਾਰ ਉੱਤੇ ਕਿਸਾਨ ਕਾਫੀ ਔਖੇ ਨੇ ਪਿਛਲੇ ਇੱਕ ਹਫਤੇ ਤੋਂ ਰੋਜ਼ਾਨਾ ਅੰਮ੍ਰਿਤਸਰ ਸ਼ਹਿਰ ਤੇ ਜ਼ਿਲ੍ਹੇ ਦੇ ਵਿੱਚ ਵੱਡੇ ਵੱਡੇ ਕਟ ਲੱਗ ਰਹੇ ਨੇ ਕਿਸਾਨਾਂ ਨੂੰ ਵੀ ਬਿਜਲੀ ਕਟਾਂ ਕਰਕੇ ਨੁਕਸਾਨ ਹੋ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਦੀ ਰਿਹਾਈ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਗਿਆ ਧਰਨੇ ਤੋਂ ਬਾਅਦ ਹੱਲ ਨਾ ਹੋਇਆ ਤਾਂ ਕਿਸਾਨ ਵੱਡਾ ਸੰਘਰਸ਼ ਵੀ ਉਲੀਕ ਸਕਦੇ ਨੇ ਭਾਜਪਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਤੇ ਇਹ ਗੱਲ ਕਹੀ ਹੈ ਕਿ ਤੁਸੀਂ ਕਹਿੰਦੇ ਕੁਝ ਹੋਰ ਹੋ ਤੇ ਨਿਕਲਦਾ ਕੁਝ ਹੋਰ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸੋਚੀ ਚੁੱਕੀ ਤੇ ਉਸ ਦਿਨ ਵੀ ਸਾਡੇ ਮਨ ਦੇ ਵਿੱਚ ਇਸ ਗੱਲ ਦਾ ਖੜਸ਼ਾ ਪੈਦਾ ਹੋਇਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਕਿਵੇਂ ਸਾਰੀਆਂ ਸਹੂਲਤਾਂ ਪੂਰੀਆਂ ਕਰਕੇ ਦਿੱਤਣਾ ਜਾਣੀਗਾ ਉਦੋਂ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਸੀ ਕਿ ਆਉਂਦੇ ਰਣ ਗਰਮੀ ਦੇ ਜ਼ੋਰ ਵਾਲੇ ਆ ਤੇ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲੱਗਣਗੇ ਤੇ ਫਿਰ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਾ ਪੈਣਾ ਫਿਰ ਉਦੋਂ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਪਿਛਲੇ ਸਾਲ ਵੀ ਗਰਮੀ ਦੇ ਮੌਸਮ ਵਿੱਚ ਆਈ ਸੀ ਉਦੋਂ ਵੀ ਰੌਲਾ ਪਿਆ ਸੀ ਤੇ ਹੁਣ ਰੌਲਾ ਵੱਧ ਪੈਣਾ ਤੇ ਉਹ ਪੈ ਵੀ ਰਿਹਾ ਸੋ ਪੰਜਾਬ ਦੇ ਵਿੱਚ ਇਸ ਵਕਤ ਬਿਜਲੀ ਦੇ ਕੱਟ ਲੱਗ ਰਹੇ ਆ ਲੋਕ ਇਹ ਗੱਲ ਕਹਿਣੀ ਸ਼ੁਰੂ ਕਰ ਚੁੱਕੇ ਆ ਵੀ ਤੁਸੀਂ ਕਹਿੰਦੇ ਹੋ ਕਿ ਭਾਈ 300 ਯੂਨਟ ماہ ਮਹੀਨੇ ਦੀ ਤੇ ਜਦੋਂ ਬਿਜਲੀ ਆਉਣੀ ਨਹੀਂ ਤੇ ਫਿਰ ਤਾਂ ਸਾਰੇ ਦੀ ਸਾਰੀ ਬਾਫ ਆ ਫਿਰ ਤਾਂ ਕੋਈ ਰੌਲਾ ਵਿੱਚ ਹੈ ਹੀ ਨਹੀਂਗਾ ਸੋ ਲੋਕਾਂ ਦੇ ਬਲਵਲੇ ਆਪਣੇ ਜਜ਼ਬਾਤ ਆ ਜਿਹੜੇ ਉਹ ਬਿਲਕੁਲ درست ਹੈ ਲੋਕਾਂ ਨੂੰ ਇਸ ਵਕਤ ਬਿਜਲੀ ਚਾਹੀਦੀ ਹੈ ਲੋਕਾਂ ਨੂੰ ਇਸ ਵਕਤ ਸਹੂਲਤਾ ਚਾਹੀਦੀ ਹੈ ਇਹ ਤੁਹਾਡੀ ਸਰਕਾਰ ਦੀਆਂ ਮਜਬੂਰੀਆਂ ਹੋ ਸਕਦੀਆਂ ਤੇ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਨਹੀਂ ਗੱਲ ਕਹੀ ਹੁੰਦੀ ਵੀ ਜੇਕਰ ਮਜਬੂਰੀ ਨੇ ਰਾਹ ਨਾ ਰੋਕਿਆ ਤੇ ਫਿਰ ਅਸੀਂ ਸਾਰਗੈ ਸਹੂਲਤਾਂ ਦੇਵਾਂਗੇ ਉਦੋਂ ਇੱਕੋ ਗੱਲ ਹੁੰਦੀ ਹੈ ਕਿ ਅਸੀਂ ਹਰ ਹਾਲਤ ਤੁਹਾਨੂੰ ਹਰ ਸਹੂਲਤ ਦੇਵਾਂਗੇ ਤੇ ਹੁਣ ਉਹ ਵੇਲਾ ਆ ਗਿਆ ਜਦੋਂ ਸਹੂਲਤਾਂ ਲੈਣੀਆਂ ਚਾਹੀਦੀਆਂ ਸੋ ਪੰਜਾਬ ਦੇ ਵਿੱਚ ਬਿਜਲੀ ਦੇ ਕਟਾਣੇ ਲੋਕਾਂ ਦਾ ਜਵਣਾ ਦੁਬਰ ਕੀਤਾ ਪਿਆ ਪਿੰਡਾਂ ਦੇ ਵਿੱਚੋਂ ਫੋਨ ਆਉਂਦੇ ਆ ਵੀ ਭਾਈ ਬੁਰਾ ਹਾਲ ਆ ਸਾਡਾ ਸ਼ਰੀ ਖੇਤਰ ਦੇ ਵਿੱਚ ਵੀ ਹੁਣ ਕਟ ਬੜੇ ਲੱਗ ਰਹੇ ਆ ਸੋ ਆਉਂਦੇ ਦਿਨਾਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਬਿਜਲੀ ਪੂਰੀ ਹੋ ਸਕੂ ਕੀ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੱਟ ਕੱਟਣਗੇ ਕੀ ਜਦੋਂ 10 ਜੂਨ ਤੋਂ ਜਾਂ 15 ਜੂਨ ਤੋਂ ਜਦੋਂ ਵੀ ਸਰਕਾਰੀ ਆਦੇਸ਼ ਜਾਰੀ ਹੋਊਗਾ ਵੀ ਹੁਣ ਸਰਕਾਰ ਦੇ ਕਹੇ ਮੁਤਾਬਕ ਝੋਨਾ ਕਿਸਾਨ ਲਾ ਸਕਦੇ ਆ ਉਦੋਂ ਬਿਜਲੀ ਪੂਰੀ ਮਾਤਰਾ ਦੇ ਵਿੱਚ ਮਿਲੂ ਹਾਲ ਦੀ ਘੜੀ ਵੇਖ ਕੇ ਮਾਹੌਲ ਲੱਗਦਾ ਵੀ ਉਦੋਂ ਵੀ ਔਖਾ ਹੋਊਗਾ ਪਰ ਇਹ ਵਕਤ ਦੱਸੂਗਾ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਪੰਜਾਬ ਦੇ ਬਿਜਲੀ ਮੰਤਰੀ ਸਾਹਿਬ ਇਸ ਮਾਮਲੇ ਦੇ ਉੱਤੇ ਕੀ ਕਹਿੰਦੇ ਤੇ ਕਰਦੇ ਆ ਪਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਘੇਰਾ ਪਾਇਆ ਜਾ ਰਿਹਾ ਬਾਕੀ ਪਾਰਟੀਆਂ ਵੀ ਪਾਰੀਆਂ ਬਾਕੀ ਲੋਕ ਵੀ ਪਾਰੇ ਆ ਵਿਰੋਧੀ ਪਾਰਟੀਆਂ ਦੇ ਪਰ ਨਵਜੋਤ ਸਿੰਘ ਸਿੱਧੂ ਲੰਮੇ ਹੱਥੀ ਲੈ ਰਹੇ ਆ ਭਗਵੰਤ ਮਾਨ ਹੋਰਾਂ ਦੇ ਵੱਲੋਂ ਸਿੱਧੂ ਨੂੰ ਵੀ ਖਰੀਆਂ-ਖਰੀਆਂ ਸੁਣਾਂਗਾ ਜਾਂਦੀਆਂ ਪਰ ਸਿੱਧੂ ਵੀ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹਾ ਬਿਆਨ ਦੇ ਰਹੇ ਆ ਜਿਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਕਟਹਿਰੀ ਦੇ ਵਿੱਚ ਖੜਾ ਕੀਤਾ ਹੁੰਦਾ ਪਿਛਲੇ ਕਈ ਦਿਨਾਂ ਤੋਂ ਇਹ ਖਬਰ ਆ ਰਹੀ ਸੀ ਕਿ ਪਾਕਿਸਤਾਨ ਦੇ ਵਿੱਚ ਜੋ ਕਰਤਾਰਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਜਿਹੜਾ ਖੂਹ ਆ ਜਿੱਥੋਂ ਕਿ ਬਾਬੇ ਨਾਨਕ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਸੀ ਪਾਣੀ ਉੱਥੋਂ ਲਿਆ ਜਾਂਦਾ ਸੀ ਉਸ ਖੂਹ ਦਾ ਪਾਣੀ ਵੇਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਸ ਖੂਹ ਨੂੰ ਵੇਚ ਦਿੱਤਾ ਗਿਆ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਈਆਂ ਪਰ ਹੁਣ ਪਤਾ ਲੱਗਾ ਜੀ ਕਿ ਪੰਜਾਬ ਦੇ ਵਕ ਵਕ ਨਤਾਵਾਂ ਦੇ ਵਿਰੋਧ ਦੇ ਉੱਤੇ ਭਾਰਤ ਦੇ ਵਕ ਵਕ ਨਤਾਵਾਂ ਦੇ ਵਿਰੋਧ ਦੇ ਉੱਤੇ ਸਿੱਖ ਜਥੇਬੰਦਕਾਂ ਦੇ ਵਿਰੋਧ ਦੇ ਉੱਤੇ ਤੇ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਇਹ ਥੋਂ ਦਾ ਪਾਣੀ ਵੇਚਣ ਦੇ ਉੱਤੇ ਮਨਾਹੀ ਕਰ ਦਿੱਤੀ ਗਈ ਹੈ ਰੋਕ ਲਾ ਦਿੱਤੀ ਗਈ ਹੈ ਚਾਹੀਦਾ ਵੀ ਨਹੀਂ ਇਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਜਿਹੜੀਆਂ ਗੱਲਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੋਣ ਉਹਨਾਂ ਗੱਲਾਂ ਦੇ ਵਿੱਚ ਵਪਾਰ ਨਹੀਂ ਹੋਣਾ ਚਾਹੀਦਾ ਲੋਕਾਂ ਦੀ ਆਸਥਾ ਦਾ ਕੇਂਦਰ ਆ ਲੋਕ ਇਹਨਾਂ ਗੱਲਾਂ ਦੇ ਉੱਤੇ ਜਾਨ ਦੇਨ ਨੂੰ ਤਿਆਰ ਰਹਿੰਦੇ ਆ ਤੇ ਆਪਾਂ ਜੇਕਰ ਇਹਨਾਂ ਗੱਲਾਂ ਦੇ ਉੱਤੇ ਵਪਾਰ ਕਰਾਂਗੇ ਜਾਂ ਕੋਈ ਵੀ ਕਰੂਗਾ ਭਾਵੇਂ ਕੋਈ ਵਪਾਰੀ ਹੋਵੇ ਭਾਵੇਂ ਕੋਈ ਸਰਕਾਰੀ ਅਧਿਕਾਰੀ ਹੋਵੇ ਉਦੇ ਲਈ ਇਹ ਨਮੋਸ਼ੀ ਵਾਲੀ ਗੱਲ ਹੋਣੀ ਚਾਹੀਦੀ ਆ ਭਾਵੇਂ ਇੱਥੇ ਪੰਜਾਬ ਦੇ ਵਿੱਚ ਕੋਈ ਚੀਜ਼ ਹੋਵੇ ਇਦਾਂ ਤੇ ਲੋਕ ਲੈਣਾ ਚਾਹੁੰਦੇ ਹੋਣ ਤੇ ਇੱਧਰ ਵਪਾਰ ਕੀਤਾ ਜਾਵੇ ਤੇ ਜਾਂ ਪਾਕਿਸਤਾਨ ਦੇ ਵਿੱਚ ਐ ਇਹਨਾਂ ਗੱਲਾਂ ਦੇ ਵੱਲ ਖਿਆਲ ਕਰਨਾ ਚਾਹੀਦਾ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਲੰਗਟ ਪੜੀ ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਜਿਹੜੇ ਇਤਿਹਾਸਿਕ ਖੂਹ ਤੋਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਖੇਤਾਂ ਲਈ ਸਿੰਚਾਈ ਕੀਤੀ ਸੀ ਉਸ ਖੂਹ ਦੇ ਪਵਿੱਤਰ ਜਲ ਨੂੰ ਵੇਚੇ ਜਾਣ ਦਾ ਮੁੱਦਾ ਗਰਮਾ ਗਿਆ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਉਸ ਖੂਹ ਦੇ ਪਾਣੀ ਦੀ ਵਿਕਰੀ ਦੇ ਉੱਤੇ ਰੋਕ ਲਾ ਦਿੱਤੀ ਹੈ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਤੇ ਐਕਿਊ ٹرسٹ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਰਾਣਾ ਰਾਸ਼ਦ ਸਲੀਮ ਨੇ ਆਦੇਸ਼ ਦੇ ਵਿੱਚ ਇਹਦੇ ਉੱਤੇ ਰੋਕ ਲਗਾਈ ਹੈ ਤੇ ਚੇਤਾਵਨੀ ਦਾ ਬੋਰਡ ਵੀ ਉੱਥੇ ਲਵਾ ਦਿੱਤਾ ਹੈ ਕਰਤਾਰਪੁਰ ਸਾਹਿਬ ਇਤਿਹਾਸਿਕ ਖੂਹ ਦੇ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਫਿਲਟਰ ਕਰਨ ਦੇ ਲਈ ਪਾਕਿਸਤਾਨ ਦੀ ইমরান ਸਰਕਾਰ ਦੇ ਦੌਰ ਦੇ ਵਿੱਚ ਪਲਾਂਟ ਲਾਇਆ ਗਿਆ ਸੀ ਪਲਾਂਟ ਦੇ ਉਦਘਾਟਨ ਦੇ ਇੱਕ ਹਫ਼ਤੇ ਤੱਕ ਪਾਣੀ ਦੀ ਵਿਕਰੀ ਹੋਈ ਸੀ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਖੂਹ ਦੇ ਪਾਣੀ ਨੂੰ ਬੋਤਲ ਤੇ ਪਲਾਸਟਿਕ ਦੀ ਕੈਨ ਦੇ ਵਿੱਚ ਸੀਲ ਬੰਦ ਕਰਕੇ ਸਿੱਖ ਸ਼ਰਦਾਲੂਆਂ ਨੂੰ ਵੇਚਿਆ ਜਾਂਦਾ ਰਿਹਾ ਬਾਅਦ ਵਿੱਚ ਇਸ ਗੱਲ ਦੇ ਉੱਤੇ ਵਿਵਾਦ ਪੈਦਾ ਹੋਇਆ ਤੇ ਹੁਣ ਇਸ ਜਲ ਨੂੰ ਵੇਚਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਬਹੁਤ ਸਾਰੇ ਲੋਕ ਵੱਖ-ਵੱਖ ਸਰੋਵਰਾਂ ਦੇ ਵਿੱਚੋਂ ਜਲ ਲੈ ਕੇ ਆਉਂਦੇ ਆਂ ਜੇ ਹੁਣ ਕੱਲ ਨੂੰ ਇਹ ਗੱਲ ਕਹੀ ਜਾਵੇ ਕਿ ਉਸ ਜਲ ਨੂੰ ਮੁੱਲ ਵਿੱਚ ਆ ਜਾਊਗਾ ਇਹ ਵੀ ਬੜੀ ਮੰਦੜੀ ਗੱਲ ਹੈ ਲੋਕਾਂ ਦੀ ਆਫਸਤਾ ਲੋਕਾਂ ਦੀ ਸ਼ਰਨਾ ਇਹਦੇ ਉੱਤੇ ਅਸੀਂ ਕਿੰਤੋਂ ਨਹੀਂ ਕਰਦੇ ਬਿਲਕੁਲ ਉਸੇ ਤਰੀਕੇ ਦੇ ਨਾਲ ਜੇਕਰ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਖੂਹ ਦੇ ਵਿੱਚ ਇਤਿਹਾਸਿਕ ਖੂਹ ਦੇ ਵਿੱਚ ਜੋ ਪਾਣੀ ਆ ਉਹਨੂੰ ਵੇਚਣ ਦੀ ਪਰੰਪਰਾ ਚੱਲੀ ਹੈ ਤਾਂ ਇਹਦੇ ਨਾਲੋਂ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋਣੀ ਸੰਗਤ ਨੂੰ ਉਹ ਜਲ ਦਿੱਤਾ ਜਾਂਦਾ ਹੈ ਉਹ ਜੜਾ ਜਿਹੜਾ ਸੀਲ ਬੰਦ ਕਰਕੇ ਬੋਤਲ ਦੇ ਵਿੱਚ ਕੀਨ ਦੇ ਵਿੱਚ ਕਿਹਾ ਜਾਂਦਾ ਜੀ ਕਿ ਇੰਨੇ ਰੁਪਏ ਹੋਗੇ ਇਹਨੇ ਪੈਸੇ ਦੇ ਵਿੱਚ ਤੁਹਾਨੂੰ ਮਿਲੂਗਾ ਲੋਕ ਲੈ ਵੀ ਲੈਣਗੇ ਗੱਲ ਇਹ ਨਹੀਂ ਪਰ ਤੁਸੀਂ ਵੇਚਣ ਦਾ ਅਧਿਕਾਰ ਕਿੱਥੇ ਰੱਖਦੇ ਹੋ ਲੋਕ 150 ਰੁਪਇਆ 200 ਰੁਪਇਆ 500 ਰੁਪਇਆ ਖਰਚ ਵੀ ਲੈਣਗੇ ਪਰ ਗੱਲ ਇਹ ਹੈ ਜੀ ਕਿ ਕੀ ਤੁਸੀਂ ਇਤਿਹਾਸਕ ਖੂਹ ਵਿਚਲਾ ਜਲ ਵੀ ਮੁੱਲ ਵੇਚੋਗੇ ਲੋਕ ਉੱਥੇ ਜਾਂਦੇ ਆ ਲੋਕ ਕੁਝ ਵੀ ਕਰਕੇ ਜਾਣ ਨੂੰ ਤਿਆਰ ਆ ਪਰ ਗੱਲ ਇਹ ਹੈ ਵੀ ਜੇਕਰ ਬਾਬੇ ਨਾਨਕ ਦੇ ਖੂਹ ਦੇ ਵਿੱਚੋਂ ਆ ਕੁਝ ਹੁੰਦਾ ਤਾਂ ਫਿਰ ਬਾਕੀ ਥਾਂ باندې ਉੱਤੇ ਵਪਾਰ ਕਿਹੜੀ ਹੱਦ ਤੱਕ ਪਹੁੰਚ ਗਿਆ ਹੋਊਗਾ ਤੇ ਵਪਾਰ ਨੇ ਕਿਸ ਤਰੀਕੇ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਪਰੇ ਕੀਤਾ ਹੋਊਗਾ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਬੇਸ਼ੱਕ ਦੇਰੀ ਨਾਲੇ ਫੈਸਲਾ ਕੀਤਾ ਗਿਆ ਉਹ ਤੁਹਾਡੇ ਬੋਰਡ ਦੇ ਵੱਲੋਂ ਬੇਸ਼ੱਕ ਦੇਰੀ ਨਾਲ ਫੈਸਲਾ ਕੀਤਾ ਗਿਆ ਪਰ ਫੈਸਲਾ ਕਰ ਲਿਆ ਗਿਆ ਇਹਦੇ ਲਈ ਸੇ ਧੰਨਵਾਦ ਕਰਦੇ ਹਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਵਿਚਾਰ ਪੇਸ਼ ਕੀਤੇ ਗਏ ਸੀ ਇਸ ਜਲਦੀ ਵਿਕਰੀ ਦੇ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ ਇਸ ਜਲ ਨੂੰ ਲੋਕਾਂ ਤੱਕ ਵੈਸੀ ਪਹੁੰਚਾਇਆ ਜਾਵੇ ਮੁਫਤ ਦੇ ਵਿੱਚ ਪਹੁੰਚਾਇਆ ਜਾਵੇ ਇਸ ਗੱਲ ਦੀ ਮੰਗ ਕੀਤੀ ਗਈ ਸੀ ਲੋਕਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਆਰਥਿਕ ਬੋਝ ਨਾ ਪਾਇਆ ਜਾਵੇ ਸਰਦਾ ਦੇ ਉੱਤੇ ਵਪਾਰ ਦਾ ਭਾਰੀ ਹੋਵੇ ਲੋਕਾਂ ਨੇ ਇਸ ਗੱਲ ਦਾ ਮੁੱਦਾ ਬਣਾਇਆ ਸੀ ਤੇ ਇਸ ਗੱਲ ਨੂੰ ਚਲੋ ਪ੍ਰਵਾਨ ਕਰ ਲਿਆ ਗਿਆ ਇਹਦੇ ਵਾਸਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਪਰ ਬਾਕੀ ਵਕਤ ਦੱਸੂਗਾ ਆਉਂਦੇ ਸਮੇਂ ਦੇ ਵਿੱਚ ਇਹਦੇ ਵਿੱਚੋਂ ਨਵੀਂ ਖਬਰ ਕਿਹੜੀ ਸਾਹਮਣੇ ਆਉਂਦੀ ਹੈ ਵੈਸੇ ਵੀ ਲੋਕਾਂ ਦੇ ਜਜ਼ਬਾਤ ਆ ਉਹਦੀ ਕਦਰ ਕਰਨੀ ਚਾਹੀਦੀ ਹੈ ਲੋਕਾਂ ਦੀਆਂ ਇਸ਼ਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਲੋਕਾਂ ਦੀ ਆਸਥਾ ਦਾ ਸਤਿਕਾਰ ਕਰਨਾ ਚਾਹੀਦਾ ਬਾਕੀ ਦੁਨੀਆ ਦੇ ਵਿੱਚ ਵਿਖਦਾ ਸਾਰਾ ਕੁਝ ਹੀ ਆ ਭਾਵੇਂ ਕੋਈ ਧਾਰਮਿਕ ਥਾਂ ਹੋਵੇ ਤੇ ਭਾਵੇਂ ਕੋਈ ਧਾਰਮਿਕ ਥਾਂ ਤੋਂ ਬਾਹਰ ਹੋਵੇ ਕਈ ਥਾਵਾਂ ਦੇ ਵਿੱਚ ਕਈ ਕੁਝ ਗਲਤ ਵੀ ਹੁੰਦਾ ਪਰ ਅਸੀਂ ਕਿਸੇ ਇੱਕ ਧਰਮ ਦੇ ਉੱਤੇ ਟਿੱਪਣੀ ਨਹੀਂ ਕਰਦੇ ਇਹ ਜੋ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਹੁਣ ਫੈਸਲਾ ਕੀਤਾ ਗਿਆ ਇਹਦੀ ਅਸੀਂ ਸ਼ਲਾਘਾ ਕਰਦੇ ਹਾਂ ਪਰ ਪਹਿਲਾਂ ਜੋ ਜਲ ਵੇਚਣ ਦੀ ਪਰੰਪਰਾ ਸ਼ੁਰੂ ਹੋਈ ਇਹ ਮਾੜੀ ਗੱਲ ਵੀ ਸੀ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਹੈ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਰੋ ਤਕਲੀ ਦਿਓ ਆ ਗਿਆ ਬਹੁਤ ਬਹੁਤ ਮਿਹਰਬਾਨੀ